12 ਮਹੀਨੇ ਉਹਨਾਂ ਨੇ ਐਕਸਟੈਂਡ ਕਰਤਾ ਹੈ ਉਹਨਾਂ ਦਾ ਵਰਕ ਪਰਮਿਟ ਜਿਨ੍ਹਾਂ ਦਾ ਵੀ ਵਰਕ ਪਰਮਿਟ 2023 31 ਸتمبر ਤੱਕ ਖਤਮ ਹੋ ਰਿਹਾ ਹੈ ਕਿ ਜਿਹੜੇ ਬੱਚੇ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ ਜਿਨ੍ਹਾਂ ਨੇ ਪਿਛਲੀ ਵਾਰੀ ਯਾਨੀ 2021 ਜਾਂ 2022 ਦੀ ਜਿਹੜੀ ਐਕਸਟੈਂਸ਼ਨ ਸੀ ਉਹਦਾ ਫਾਇਦਾ ਉਠਾਇਆ ਸੀਗਾ ਉਹ ਵੀ ਇਹਦੇ ਅੰਦਰ ਇੱਕ ਹੋਰ ਫਾਇਦਾ ਉਠਾ ਸਕਦੇ ਨੇ ਅੱਛਾ ਇੱਕ ਹੀ ਦੱਸੋ ਵੀ ਜਿਹੜੇ ਫੈਡਰਲ ਇਕਨੋਮਿਕ ਮੋਬਿਲਿਟੀ ਪਾਥਵੇ ਆ ਇਹ ਕੀ ਹੈ ਮਿਨਿਸਟਰ ਨੇ ਹਾਂ ਕੱਲ ਹੀ ਇਹ ਤਾਂ ਸੀ ਰਿਫਿਊਜੀ ਵਾਲੇ ਪ੍ਰੋਗਰਾਮ ਨੂੰ ਤੇ ਇਕਨੋਮਿਕ ਪਾਥਵੇ ਪ੍ਰੋਗਰਾਮ ਜਿਵੇਂ ਜਿਹਦੇ ਅੰਦਰ ਪੀਐਨਪੀ ਕਿ ਜਿਹੜੀ ਬੇਸਿਕਲੀ ਵਾਟ ਇਹਦੇ ਪਿਛੇ ਇਹ ਮੈਂ ਸੀਗਾ ਕਿ ਜਿਹੜੇ ਰਿਫਿਊਜੀ ਜਿਨ੍ਹਾਂ ਨੂੰ ਆਪਣੀ ਆਪਣੀ ਕੰਟਰੀਆਂ ਵਿੱਚ ਖਤਰਾ ਹੈਗੇ ਐਂd they want to uh, come to canada اور وہ سکلڈ ਵੀ ਹੈਗੇ ਨੇ ਯਾਨੀ ਕਿ ਦੇ ਕੈਨ ਬੀ ਪਾਰਟ ਆਫ ਅ ਵਰਕ ਫੋਰਸ ਨਮੀ ਆਉਣ ਗਿਆ ਜਾਂ ਕਿ ਜਿਹੜੇ ਇੱਥੇ ਰਿਫਿਊਜੀ ਰਹਿ ਰਹੇ ਨੇ ਸਕਿਲਡ ਆਲਰੇਡੀ ਰਹਿ ਰਹੇ ਨੇ ਉਹਨਾਂ ਨੂੰ ਨੌਕਰੀ ਦੇ ਦੇਣਾ ਨੇ ਦਾ ਹਾਰ ਜੈਂਡਰ ਥਿਨ ਸ਼ੋਅ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਮੀਗ੍ਰੇਸ਼ਨ ਦੀ ਗੱਲਬਾਤ ਚੱਲੇਗੀ ਇਮੀਗ੍ਰੇਸ਼ਨ ਮਿਨਿਸਟਰ ਨੇ ਕਈ ਕਿਸਮ ਦੇ ਨਵੀਆਂ ਤਬਦੀਲੀਆਂ ਕੀਤੀਆਂ ਨੇ ਔਰ ਉਹਨਾਂ ਨੇ ਕੁਝ ਐਲਾਨ ਕੀਤੇ ਹਨ ਜਿਸ ਦੇ ਸਬੰਧ ਦੇ ਵਿੱਚ ਅਸੀਂ ਨਿਤਿਨ ਚੱਡਾ ਜੀ ਨੂੰ ਬੁਲਾਇਆ ਹੈ ਤੇ ਜਿਹੜੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਹ ਅਗਲੀ ਗੱਲਬਾਤ ਕਰਨਗੇ ਚੱਡਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਜੀ ਧੰਨਵਾਦ ਤੁਹਾਡੇ ਸਾਹਿਬ ਤੁਹਾਡੇ ਸ਼ੋਅ ਤੇ ਨੂੰ ਬਹੁਤ ਬਹੁਤ ਧੰਨਵਾਦ ਇੱਕ ਤਾਂ ਮੈਂ ਸਮਝਦਾ ਵੀ ਜਿਹੜੇ ਲੋਕ ਇੱਥੇ ਵਰਕ ਪਰਮਿਟ ਤੇ ਸੀ ਟੈਂਪਰੇਰੀ ਤੌਰ ਤੇ ਰਹਿ ਰਹੇ ਸਨ ਉਨ੍ਹਾਂ ਦੇ ਕਈਆਂ ਦੇ ਐਕਸਪਾਇਰ ਹੋਣ ਵਾਲੇ ਸੀ ਉਹਨਾਂ ਨੂੰ ਰਾਹਤ ਦਿੱਤੀ ਹੈ ਮਿਨਿਸਟਰ ਨੇ ਉਹਦੇ ਬਾਰੇ ਦੱਸੋ ਐਕਚੁਅਲੀ ਇਹਨਾਂ ਨੇ ਐਕਨੋਲੇਜ ਕੀਤਾ ਹੈ ਕਿ ਬਹੁਤ ਸਾਰੇ ਸਟੂਡੈਂਟਸ ਇੱਥੇ ਨੇ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੈਗੇ ਨੇ ਤੇ ਪੀਆਰ ਪਾਥਵੇਅਰ ਨੂੰ ਨਹੀਂ ਮਿਲ پا ਰਹੇ ਆਪਣੇ ਪੱਕੇ ਨਹੀਂ ਹੋ پا ਰਹੇ ਤੇ ਉਹਨਾਂ ਦੇ ਵਰਕ ਪਰਮਿਟਸ ਖਤਮ ਹੋਣ ਵਾਲੇ ਸੀ ਤੇ ਉਹਨਾਂ ਬੱਚਾ ਨੂੰ ਉਹਨਾਂ ਵਰਕ ਫੋਰਸ ਨੂੰ ਇੱਕ ਤੋਂ ਰੋਕਣ ਵਾਸਤੇ ਦੇ ਆਰ ਐਕਚੁਅਲੀ ਐਕਸਟੈਂਡਡ 18 ਮਹੀਨੇ ਉਹਨਾਂ ਨੇ ਐਕਸਟੈਂਡ ਕਰਤਾ ਉਹਨਾਂ ਦਾ ਵਰਕ ਪਰਮਿਟ ਜਿਨ੍ਹਾਂ ਦਾ ਵੀ ਵਰਕ ਪਰਮਿਟ 2023 31 ਅੰਬਰ ਤੱਕ ਖਤਮ ਹੋ ਰਿਹਾ ਹੈ ਜਿਨ੍ਹਾਂ ਦਾ ਹੋ ਚੁੱਕਿਆ ਹੈ ਉਹ ਵੀ ਇਹਦਾ ਫਾਇਦਾ ਲੈ ਸਕਦੇ ਨੇ ਚਾਹੇ ਉਹ ਰੀਸਟਰੇਸ਼ਨ ਪੀਰੀਅਡ ਦੇ ਬਾਅਦ ਵੀ ਹੋ ਗਏ ਨੇ ਦੇ ਆਰ ਆਊਟ ਆਫ ਸਟੇਟ ਐਸ ਆਫ ਨਾਊ ਅਗਰ ਅਸੀਂ ਕਹੀਏ ਤੋ ਵੀ ਉਹਦਾ ਫਾਇਦਾ ਲੈ ਸਕਦੇ ਨੇ ਉਹਨਾਂ ਨੂੰ ਕੋਈ ਫੀਸ ਨਹੀਂ ਲੱਗਣੀ ਹੈ ਆਊਟ ਆਫ ਸਟੇਟ ਦੀ ਦੇ ਵਿਲ ਬੀ ਐਕਚੁਅਲੀ ਅਲਾਉਡ ਟੂ ਐਕਸਟੈਂਡ ਥੇਅਰ ਵਰਕ ਪਰਮਿਟ ਜਿੰਨਾਂ ਦਾ ਐਕਸਪਾਇਰ ਹੋਣ ਵਾਲਾ ਹੈ ਫਰਜ਼ ਕਰੋ ਉਹਨਾਂ ਨੂੰ ਫਿਰ ਅਪਲਾਈ ਕਰਨਾ ਪਏਗਾ ਜਾਂ ਆਟੋਮੈਟਿਕਲੀ ਵਧਾਤਾ ਉਹਨਾਂ ਨੇ बेसिकली अप्रैल 6 ਤੋਂ ਬਾਅਦ ਜੇ ਇਹਨਾਂ ਨੇ ਬਹੁਤ ਜ਼ਿਆਦਾ ਹੋਰ ਵਾਰੇ ਦੱਸਦੱਸਨੇ ਨੇ ਕਿ ਕਿਵੇਂ ਕਿਵੇਂ ਹੋਊਗਾ April 6 दस, is the date ਜਦੋਂ ਉਹਨਾਂ ਨੇ ਬਾਕੀ ਡਿਟੇਲਸ ਦੇਣੀਆਂ ਨੇ ਲੇਕਿਨ ਮੋਸਟ ਪ੍ਰੋਬਬਲੀ ਜੇ ਪਿਛਲੀ ਵਾਰ ਹੋਇਆ ਸੀਗਾ ਜਿਨ੍ਹਾਂ ਦੇ ਵਿਦਨ ਦਾ ਟਾਈਮ ਲਾਈਨ ਨੇ ਰਜਿਸਟ੍ਰੇਸ਼ਨ ਪੀਰੀਅਡ ਦੇ ਨਹੀਂ ਨੇ ਉਹਨਾਂ ਨੂੰ ਬਹੁਤ ਸਾਰ ਨੂੰ ਆਪਣੇ ਆਪ ਹੀ ਆ ਜਾਏਗਾ ਜੇ ਆਪਾਂ ਐਕਸਪੈਕਟ ਹੀ ਕਰਦੇ ਹਾਂ ਕਿ ਐਕਚੁਅਲੀ ਹੈ ਸੇਮ ਅਗਰ ਅਸੀਂ ਟ੍ਰੈਂਡ ਚੱਲੀ ਹੈ ਨਾ ਤਾਂ 2021 ਤੋਂ ਸ਼ੁਰੂ ਹੋਇਆ ਹੈ ਟ੍ਰੈਂਡ ਹੈ ਜਦੋਂ ਕੋਵਿਡ ਤੋਂ ਬਾਅਦ ਨਿਕਲੇ ਸੀ ਕੋਵਿਡ ਤੋਂ ਤਾਂ ਉਹਨਾਂ ਨੇ ਟ੍ਰੈਂਡ ਸ਼ੁਰੂ ਕੀਤਾ ਸੀ 2021 ਪਹਿਲੀ ਵਾਰ ਇਹ 18 ਮਹੀਨੇ ਐਕਸਟੈਂਡ ਕੀਤਾ ਗਿਆ ਸੀਗਾ ਤਾਂ ਇਹਨਾਂ ਨੇ ਰੱਖਿਆ ਸੀ ਕਿ ਸਤੰਬਰ 2021 ਤੱਕ ਦੇ ਜਿੰਨੇ ਵੀ ਐਕਸਪਾਇਰ ਹੋ ਰਹੇ ਨੇ ਉਹਨਾਂ ਨੂੰ ਇਹਨਾਂ ਨੇ 18 ਮਹੀਨੇ ਐਕਸਟੈਂਡ ਕੀਤਾ ਸੀ ਫਿਰ ਉਹਦੇ ਬਾਅਦ 2022 'ਚ ਇਹਨਾਂ ਨੇ ਫਿਰ ਇਹਨੂੰ 18 ਮਹੀਨੇ ਐਕਸਟੈਂਡ ਕਰਤਾ तो इन्ह ने जो डेट रखी थी इकतीसंबर दो हजार बीच चली गई हुन फिर एक बार और एक्सटेंड करता तो एक ब्यूटी और जो बच्चे जोस्ट ग्रेजुएट वर्क परमिट होल्डर इन्होंने पिछली बार दो हज़ार इक्की दो हज़ार बई की जी एक्सटेंशन फायदा उठाया अंदर एक और फायदा उठा सकते हैं तो यानी इतने बहुत सारे बच्चे ये भी हो गए जो पहले तीन साल का वर्क परमिट अपना लै गए पढ़ाई के कारण फिर अठारह महीने एक बार उन्होंने एक्सटेंड हो गया हूँ अठारह महीने और एक्सटेंड करता ਦਿਖਾਇਆ ਜਾ ਰਿਹਾ ਤੇ ਬੱਚਿਆਂ ਵਾਸਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ ਵਾਸਤੇ ਬਹੁਤ ਵਧੀਆ ਗੱਲ ਹੈ ਕਿ ਉਹ ਆਪਣਾ ਪਾਥਵੇ ਲੱਭਣ ਉਹਨਾਂ ਨੂੰ ਟਾਈਮ ਬਹੁਤ ਦਿੱਤਾ ਗਵਰਨਮੈਂਟ ਨੇ 6 April ਤੋਂ ਹਾਂਜੀ 6 April ਤੋਂ ਸਭ ਨੂੰ ਮੈਸੇਜ ਆਣਾ ਸ਼ੁਰੂ ਹੋ ਜਾਊਗਾ ਜਿਨ੍ਹਾਂ ਜਿਨ੍ਹਾਂ ਦੇ ਐਕਸਟੈਂਸ਼ਨ इजीली ਪੋਸੀਬਲ ਨੇ ਜਿਨ੍ਹਾਂ ਨੂੰ ਅਪਲਾਈ ਕਰਨਾ ਪਏਗਾ ਉਹਦੇ ਬਾਰੇ ਵੀ ਸਾਰੀ ਗਾਈਡਲਾਈਨਸ 6 April ਨੂੰ ਐਕਸਪੈਕਟਿਡ ਨੇ ਅੱਛਾ ਇੱਕ ਇਹ ਦੱਸੋ ਵੀ ਜਿਹੜੇ ਫੈਡਰਲ ਇਕਨੋਮਿਕ ਮੋਬਿਲਿਟੀ ਪਾਥਵੇ ਆ ਇਹ ਕੀ ਹੈ ਮਿਨਿਸਟਰ ਨੇ ਹਾਂ ਕੱਲ ਇੱਕ ਬਹੁਤ ਵੱਡੀ ਹਾਈਪ ਸੀ ਕਿ ਜੀ ਬੇਸਿਕਲੀ ਹਾਂ ਬਹੁਤ ਜ਼ਿਆਦਾ ਚਰਚਾ ਚੱਲਦੀ ਰਹੀ ਹਾਂ ਜੀ ਪੂਰਾ ਵੀਕਐਂਡ ਐਕਚੁਅਲੀ ਸਭ ਬੱਚਿਆਂ ਨੂੰ ਲੱਗਦਾ ਪਿਆ ਸੀ ਕਿ ਕੋਈ ਨਵਾਂ ਪੀਆਰ ਪਾਥਵੇ ਅਗਰ ਆ ਰਿਹਾ ਤਾਂ ਮੇਬੀ ਸ਼ਾਇਦ ਟੀਆਰ ਟੂ ਪੀਆਰ ਦੀ ਤਰ੍ਹਾਂ ਕੁਝ ਆਏ ਜਾਂ ਕੁਝ ਐਵੇਂ ਜਾਏ ਤਾਂ ਅਸੀਂ ਬਹੁਤ ਕੰਸਲਟੇਸ਼ਨਸ ਵੀਕਐਂਡ ਤੇ ਹੋਈਆਂ ਤੇ ਵੀਕਐਂਡ ਸੰਡੇ ਵੀ ਲੋਕਾਂ ਨੇ ਮਤਲਬ ਫੋਨ ਬੰਦ ਨਹੀਂ ਹੋਇਆ ਇਸ ਵਾਰੀ ਤੇ ਐਵਰੀਬਾਡੀ ਵਾਸ ਐਕਸਪੈਕਟਿੰਗ ਕਿ ਜੀ ਮੰਡੇ ਨੂੰ ਕੁਝ ਵਧੀਆ ਆਊਗਾ ਬਟ ਵੀ ਆਲਰੇਡੀ ਸਰਲ ਸ਼ਬਦਾਂ ਚ ਦੱਸੋ ਹਾਂਜੀ ਅਸੀਂ ਸਭ ਨੂੰ ਇਹ ਕਿਹਾ ਸੀ ਦੇਖੋ ਉਹਨਾਂ ਨੇ 18 ਮਹੀਨੇ ਐਕਸਟੈਂਡ ਕਰਤਾ ਤਾਂ ਕੋਈ ਟੀਆਰ ਟੂ ਪੀਆਰ ਜਿਵੇਂ ਚੀਜ਼ ਆਨ ਦੇ ਸਿਸ ਦੇ ਬਹੁਤ ਹੀ ਕੱਟ ਸੀਗੇ ਬਟ ਦੈਨ ਉਹਨੇ ਕੀ ਕੀਤਾ ਕਿ ਨਾ ਇੱਕ ਇਕਨੋਮਿਕ ਮੋਬਿਲਿਟੀ ਪਾਥਵੇ ਪਾਇਲਟ ਪ੍ਰੋਗਰਾਮ ਚੱਲਦਾ ਪਿਆ ਆਲਰੇਡੀ ਉਹ ਦਸੰਬਰ 2021 స్టార్ਟ ਕੀਤਾ ਸੀਗਾ ਉਹਦੇ ਅੰਦਰ ਉਹਨੇ ਕੀ ਕੀਤਾ ਸੀਗਾ ਜਿਹੜੇ ਵੀ ਸਕਿਲਡ ਰਿਫਿਊਜੀ ਨੇ ਯਾਨੀ ਆਬਵੀਅਸਲੀ ਰਿਫਿਊਜੀ ਉਹ ਨੇ ਜਿਨ੍ਹਾਂ ਨੂੰ ਆਪਣੀ ਆਪਣੀ ਕੰਟਰੀਆਂ ਇਸ ਕੋਈ ਖਤਰਾ ਹੈਗਾ ਤੇ ਉਹ ਆਪਣੀ ਕੰਟਰੀ ਛੱਡ ਕੇ ਕੈਨੇਡਾ ਆਉਣਾ ਚਾਹੁੰਦੇ ਨੇ ਤੇ ਉਹ ਜਿੰਨੇ ਵੀ ਉਹਨਾਂ ਅੰਦਰ ਜਿਹੜੇ ਲੋਕ ਜਿਹੜੇ ਸਕਿਲਡ ਹੈਗੇ ਨੇ ਉਸ ਕਿਲਡ ਫੋਰਸ ਨੂੰ ਟਾਈਪ ਕਰਨ ਵਾਸਤੇ ਇੱਕ ਪ੍ਰੋਗਰਾਮ ਚਲਾਇਆ ਸੀ ਨਾ ਨੇ ਪਾਇਲਟ ਪ੍ਰੋਗਰਾਮ ਜਿਹਦੇ ਅੰਦਰ 2021 ਚ ਨਾ ਨੇ ਟਾਰਗੇਟ ਰੱਖਿਆ ਸੀ 500 ਫੈਮਿਲੀਆ ਨੂੰ ਇੱਥੇ ਲਿਆਉਣ ਦਾ ਤੇ ਉਹਦੇ ਅੰਦਰ ਦੇ ਵਾਟ ਉਸ ਵਿੱਚ ਕੁਝ ਕ੍ਰਾਈਟੇਰੀਆ ਸੀਗੇ ਉਹਦੇ ਅੰਦਰ ਕਿ ਜਿਵੇਂ ਅਗਰ ਉਹ ਪਹਿਲੇ ਤੇ ਕਿ ਉਹ ਰਿਫਿਊਜੀ ਪਰ ਉਹ ਜਨ ਕਿਹਾ ਉਹ ਰਿਫਿਜੀ ਦੇ ਕਲੇਮੈਂਟ ਹੈਗੇ ਨੇ ਤਾਂ ਉਹਦੇ ਵਾਸਤੇ ਉਹਨਾਂ ਦੇ ਪਾਰਟਨਰਸ ਹੈਗੇ ਨੇ ਗਵਰਨਮੈਂਟ ਦੇ ਆਪਣੇ 3-4 ਪਾਰਟਨਰਸ ਨੇ ਜਿਹੜੇ ਮਤਲਬ ਬੇਸਿਕਲੀ ਤੁਹਾਨੂੰ ਐਸੈਸ ਕਰਦੇ ਨੇ ਕਿ ਉਹ ਰਿਫਿਜੀ ਹੈਗੇ ਨੇ ਕਿ ਨਹੀਂ ਹੈਗੇ ਨੇ ਤਾਂ ਅਗਰ ਉਹਨਾਂ ਨੇ ਤੁਹਾਨੂੰ ਐਸੈਸ ਕਰਤਾ ਐਜ਼ ਅ ਰਿਫਿਜੀ ਤੇ ਯੂ ਆਰ ਏਬਲ ਟੂ ਮਤਲਬ ਉਹਨਾਂ ਨੇ ਕੀ ਕਿਹਾ ਸੀ ਰਿਫਿਜੀ ਵਾਲੇ ਪ੍ਰੋਗਰਾਮ ਨੂੰ ਤੇ ਇਕਨੋਮਿਕ ਪਾਥਵੇ ਪ੍ਰੋਗਰਾਮ ਜਿਵੇਂ ਜਿਹਦੇ ਅੰਦਰ ਪੀਐਨਪੀ ਆਉਂਦੀ ਆਪਣੀ ਪ੍ਰੋਵਿੰਸ਼ਲ ਨਾਮਿਨੇਟ ਪ੍ਰੋਗਰਾਮ ਆਂਦਾ ਹੈ ਐਟਲੈਂਟਿਕ ਇਕੱਠੇ ਕਰਦਾ ਸੀਗਾ ਕਿ ਜਿਹੜੀ ਬੇਸਿਕਲੀ ਵਾਟ ਇਹਦੇ ਪਿਛੇ ਏਮ ਹੈ ਸੀਗਾ ਕਿ ਟੂ ਕਮ ਟੂ ਕੈਨੇਡਾ ਔਰ ਉਹ ਸਕਿਲਡ ਵੀ ਹੈਗੇ ਨੇ ਯਾਨੀ ਕਿ ਦੇ ਕੈਨ ਬੀ ਪਾਰਟ ਆਫ ਅ ਵਰਕਫੋਰਸ ਤੇ ਜਿਹੜੇ ਇੱਥੇ ਏਮਪਲੋਇਰ ਹੈਗੇ ਨੇ ਉਹਨ ਲੋਕਾਂ ਦਾ ਫਾਇਦਾ ਚੱਕ ਸਕਣ ਉਹਨਾਂ ਨੂੰ ਐਜ਼ ਅ ਲੇਬਰ ਐਜ਼ ਅ ਵਰਕਫੋਰਸ ਬੇਸਿਕਲੀ ਆਪਣੇ ਕੋਲ ਲਿਆ ਸਕਣ ਤੇ ਉਹਦੇ ਵਾਸਤੇ ਪਾਇਲਟ ਪ੍ਰੋਗਰਾਮ ਉਹਨਾਂ ਸ਼ੁਰੂ ਕੀਤਾ ਸੀਗਾ ਕਿ ਉਹਨਾਂ ਦਾ ਜਿਹੜਾ ਜਿਹੜਾ ਪ੍ਰੋਸੈਸ ਹੈਗਾ ਪੀਆਰ ਦਾ ਉਹ ਫਾਸਟ ਹੋ ਜਾਏ ਤੇ ਉਹ ਇਕਨੋਮਿਕ ਦੇ ਨਾਲ ਉਹਨਾਂ ਨੂੰ ਮਿਲਾਤਾ ਸੀ ਪ੍ਰੋਗਰਾਮ ਜਿਹੜਾ ਹੁਣ ਪਰਮਨੈਂਟ ਹੋ ਗਿਆ ਉਹ ਬੇਸਿਕਲੀ ਉਹਨਾਂ ਨੇ ਉਹ ਥੋੜਾ ਵਧਾਤਾ ਤੇ ਅਬ ਜੋ ਟਾਰਗੇਟ 500 ਵਾਲਾ ਉਹ 2000 ਦਾ ਸੀ ਕੱਲ ਜਿਹੜਾ ਨਾ ਅਨਾਉਂਸ ਕੀਤਾ ਉਹਦੇ ਅੰਦਰ ਦੇਅਰ ਐਕਸਪੈਕਟਡ ਅਰਾਊਂਡ 2000 ਫੈਮਿਲੀਜ਼ ਵਿਲ ਬੀ ਆਣ ਗਿਆ ਰਿਫਿਊਜੀ ਆਂ ਦੀਆਂ ਜਿਹੜੇ ਬੇਸਿਕਲੀ ਸਕਿਲਡ ਵਰਕਰ ਨੇ ਰਿਫਿਊਜੀ ਨਵੀਂ ਆਉਣ ਗਿਆ ਜਾਂ ਕਿ ਜਿਹੜੇ ਇੱਥੇ ਰਿਫਿਊਜੀ ਰਹਿ ਰਹੇ ਨੇ ਸਕਿਲਡ ਆਲਰੇਡੀ ਰਹਿ ਰਹੇ ਨੇ ਉਹਨਾਂ ਨੂੰ ਨੌਕਰੀਆਂ ਦੇ ਦੇਣਾ ਇਹਨਾਂ ਨੇ ਬੇਸਿਕਲੀ ਟੈਲੈਂਟ ਪੂਲ ਬਣਾਣਾ ਹੈ ਦੇ ਅੰਦਰ ਜਿਹੜੇ ਇੱਥੇ ਹੈਗੇ ਨੇ ਜਾਂ ਜਿਹੜੇ ਆਪਣੀ ਆਪਣੀ ਕੰਟਰੀਜ਼ ਵਿੱਚ ਇਸ ਵੇਲੇ ਹੈਗੇ ਨੇ ਅਗਰ ਇਹਨਾਂ ਦੇ ਜਿਹੜੇ ਪਾਰਟਨਰਸ ਇਹਨਾਂ ਨੂੰ ਤਿੰਨ ਗਵਰਨਮੈਂਟ ਨੇ ਬਣਾਏ ਨੇ ਜਿਨ੍ਹਾਂ ਇੱਕ ਇੱਕ ਮੈਂ ਕਹਿਣ ਚਾਹਾਂ ਤੇ ਇੱਕ ਟੈਲੈਂਟ ਲਿਫਟ ਹੈਗੀ ਇੱਕ ਟੈਲੈਂਟ ਬਿਯੋਂਡ ਬਾਉਂਡਰੀਜ਼ ਹੈ ਇੱਕ ਜੰਪਸਟਾਰਟ ਟੈਲੈਂਟ ਇੱਥੇ ਇਹਨਾਂ ਨੇ ਬੇਸਿਕਲੀ ਪਾਰਟਨਰਸ ਦੇ ਨਾਲ ਟਾਈਅਪ ਕੀਤਾ ਹੋਇਆ ਹੈ ਇਹ ਤੁਹਾਡੀ ਫਾਈਲ ਨੂੰ ਅਸੈਸ ਕਰਦੇ ਨੇ ਚਾਹੇ ਤੁਸੀਂ ਇੱਥੇ ਹੋ ਚਾਹੇ ਤੁਸੀਂ ਬਾਹਰ ਹੋ ਤੁਹਾਡੀ ਫਾਈਲ ਨੂੰ ਅਸੈਸ ਕਰਕੇ ਇਫ ਦੇ ਅਸੈਸ ਕਰੇ ਰਿਫਿਊਜੀ ਕੀ ਤੁਸੀਂ ਫਿੱਟ ਹੈਗੇ ਰਿਫਿਊਜੀ ਵਾਸਤੇ ਤੁਹਾਡੀ ਪਰਸਕਿਊਸ਼ਨ ਹੈਗੀ ਆਪਣੀ ਆਪਣੀ ਕੰਟਰੀ ਪਰ ਦੇਨ ਦਾ ਤੁਹਾਨੂੰ ਬੇਸਿਕਲੀ ਉਹਨਾਂ ਨੇ ਮੈਚ ਕਰ ਦੇਣਾ ਇਕਨੋਮਿਕ ਪ੍ਰੋਗਰਾਮ ਦੇ ਨਾਲ ਤਾਂ ਕਿ ਤੁਸੀਂ ਆਪਣੀ ਪੀਆਰ ਵੀ ਕਰ ਲਉ ਕਰਾ ਸਕੋ ਤੇ ਤੁਸੀਂ ਲੇਬਰ ਪਾ ਸਕਿੱਲ ਲੇਬਰ ਦਾ ਐਕਚੁਅਲੀ ਪੂਲ ਬਣ ਜਾਏਗਾ ੈਂਪਲੋਇਰਸ ਵਾਸਤੇ ਤਾਂ ਬੇਸਿਕਲੀ ਪ੍ਰੋਗਰਾਮ ਲਾਇਨ ਹੈ ਉਹ ਕਿ ਜਿਹੜੀ ਲੇਬਰ ਦੀ ਘਾਟ ਹੈ ਉਹਨੂੰ ਪੂਰਾ ਕਰਨ ਵਾਸਤੇ ਇੱਕ ਹੋਰ ਪ੍ਰੋਗਰਾਮ ਆ ਗਿਆ ਪੀਆਰ ਪਾਥਵੇ ਬਟ ਦਨ ਯਸਕਲ ਹਾਈਪ ਬੋਸੀ ਕੀ ਇਹਦੀ ਬਹੁਤ ਜ਼ਿਆਦਾ ਸੋ ਉਹ ਹੌਸਾ ਹੌਸਾ ਕਰਕੇ ਮੇਰਾ ਖਿਆਲ ਜਿਹੜਾ ਲੇਬਰ ਦਾ ਗੈਪ ਹੈ ਉਸਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਜਿਹੜੇ ਨਵੇਂ ਆ ਰਹੇ ਨੇ ਇਮੀਗ੍ਰੈਂਟ ਖਾਸ ਤੌਰ ਤੇ ਇਮੀਗ੍ਰੈਂਟ ਨੇ ਨਵੇਂ ਆ ਰਹੇ ਨੇ ਸਟੂਡੈਂਟ ਜਾਂ ਸਟੂਡੈਂਟਸ ਦੇ ਪੇਰੈਂਟਸ ਆ ਰਹੇ ਨੇ ਕਿ ਉਹਨਾਂ ਨੂੰ ਕੰਮ ਕਰਨ ਦਾ ਜਿਹੜੀ ਆਗਿਆ ਮਿਲ ਜਾਂਦੀ ਛੇਤੀ ਨਹੀਂ ਜੀ ਕੰਮ ਕਰਨ ਦਾ ਤੇ ਇੱਥੇ ਬੇਸਿਕ ਉਹ ਹੀ ਹੈ ਕਿ ਜੇ ਜੋ ਵੀ ਆ ਰਹੇ ਨੇ ਜਾਂ ਤੇ ਵਿਜ਼ਟਰ ਵੀਜ਼ਾ ਤੇ ਆ ਰਹੇ ਨੇ ਤਾਂ ਵਿਜ਼ਟਰ ਵੀਜ਼ਾ ਵਾਲੇ ਨੂੰ ਅਲਾਉਡ ਨਹੀਂ ਹੈ ਕੰਮ ਕਰਨਾ ਉਹਨਾਂ ਨੂੰ ਵਰਕ ਪਰਮਿਟ ਲੈਣਾ ਪਏਗਾ ਪਹਿਲੇ ਔਰ ਵਰਕ ਪਰਮਿਟ ਲੈਣ ਵਾਸਤੇ ਆਬਵੀਅਸਲੀ ਦੇ ਹੈਵ ਟੂ ਹੈਵ ਐਲ ਐਮ ਆਈ ਫਰਮ ਦੈਂ ਐਮਪਲੋਇਰ ਤੋ ਤਦ ਹੀ ਉਹ ਕੰਮ ਕਰ ਸਕਦੇ ਨੇ ਅਦਰਵਾਇਜ਼ ਵਿਜ਼ਟਰ ਦੇ ਕੰਮ ਨਹੀਂ ਕਰ ਸਕਦੇ ਅਜੇ ਤੁਹਾਡੀ ਪ੍ਰੈਕਟਿਸ ਦੇ ਵਿੱਚ ਜਿਹੜੇ ਵਿਜ਼ਟਰ ਆ ਰਹੇ ਨੇ ਜਦੋਂ ਜੇ ਉਹ ਚਾਹਣ ਕਿ ਜਿਵੇਂ ਤਾਂ ਇਸ ਕੰਟਰੀ ਨੂੰ ਪਸੰਦ ਕਰਦਾ ਤੇ ਮੈਂ ਇੱਥੇ ਕੰਮ ਕਰਨਾ ਚਾਹਣਾ ਉਹ ਵਿਜ਼ਟਰ ਲਈ ਵਰਕ ਪਰਮਿਟ ਲੈਣਾ ਜੇ ਫਰਜ਼ ਗੁਰੂ ਚਿੱਠੀ ਮਿਲ ਜਾਂਦੀ ਹੈ ਉਹਨੂੰ ਕਿਤੇ ਕੋ ਐਮਪਲੋਇਰ ਮਿਲ ਜਾਂਦਾ ਤਾਂ ਫਿਰ ਕਿੰਨਾ ਕਿ ਟੀਡੀਐਸ ਹੈ ਪ੍ਰੋਸੈਸ ਜਾਂ ਕਿ ਕੁਇਕਲੀ ਮਿਲ ਜਾਂਦਾ ਨਹੀਂ ਉਹਨਾਂ ਨੇ ਹੁਣ ਅੱਜ ਕੱਲ ਤੇ ਬਹੁਤ ਕੁਇਕਲੀ ਕਰਦਾ ਪਹਿਲੇ ਜਦੋਂ ਕੋਵਿਡ ਸੀ ਉਹਨਾਂ ਨੇ ਕਿਤਾ ਸੀਗਾ ਇੱਕ ਪਾਇਲਟ ਪ੍ਰੋਗਰਾਮ ਚਲਾਇਆ ਸੀਗਾ ਕਿ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਵਰਕ ਪਰਮਿਟ ਵਿਦਨ ਕੈਨੇਡਾ ਜਿਹੜਾ ਪਹਿਲੇ ਅਲਾਉਡ ਨਹੀਂ ਸੀਗਾ ਕੋਵਿਡ ਤੋਂ ਪਹਿਲੇ ਉਹਨਾਂ ਨੇ ਫਿਰ ਐਕਸਟੈਂਡ ਕਰਤਾ ਹੁਣ 2 ਸਾਲ ਵਾਸਤੇ ਤੇ ਅਣੀ ਹੁਣ ਅਗਰ ਇੱਥੇ ਕੋਈ ਹੈਗਾ ਵਿਜ਼ਟਰ ਤੇ ਉਹਨਾਂ ਨੂੰ ਕੋਈ ੈਂਪਲੋਇਰ ਮਿਲ ਜਾਂਦਾ ਜਿਹੜਾ ਉਹਨਾਂ ਵਾਸਤੇ ਐਲਮਏ ਲੈਂਦਾ ਹੈ ਤੇ ਉਹਨਾਂ ਨੂੰ ਹੈਲਪ ਸਪੋਰਟ ਕਰਦਾ ਤੇ ਉਹ ਆਨਲਾਈਨ ਵੀ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਕੇ ਬਾਰਡਰ ਤੇ ਲੋਅ ਉਤੇ ਹੈ ਹੀ ਅਵੇਲੇਬਲ ਤੇ ਉਹ ਦੋਨੋ ਚੀਜ਼ਾਂ ਦੇ ਕੈਨ ਇਫ ਦੇ ਆਰ ਸਕਿਲਡ ਤੇ ਤੁਹਾਨੂੰ ਕੋਈ ਅਗਰ ਏਮਪਲੋਇਰ ਤੁਹਾਨੂੰ ਸਪੋਰਟ ਕਰਦਾ ਹੈ ਲਮਾਈ ਤੁਹਾਨੂੰ ਦਵਾਦਾ ਹੈ ਤੇ ਇਸ ਤੁਸੀਂ ਆਪਣਾ ਵਰਕ ਪਰਮਿਟ ਲੈ ਕੇ ਯੂ ਕੈਨ ਵਰਕ ਔਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਹਨ ਸਕਿਲਡ ਵਰਕਰ ਜਿਹੜਾ ਟਾਇਰ 0 1 2 3 ਅੰਦਰ ਆਂਦਾ ਹੈ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਹੈ ਉਹ ਅਪ ਟੂ 3 ਇਅਰਸ ਮਿਲਦਾ ਹੈ 3 ਸਾਲ ਜਿਹੜਾ ਪਹਿਲੇ 2 ਸਾਲ ਸੀ ਤੋਂ ਇੱਕ ਉਹ ਬਹੁਤ ਵੱਡੀ ਚੀਜ਼ ਹੋ ਗਈ ਤੇ 3 ਸਾਲ ਇਸ ਅ ਪੀਰੀਅਡ ਜਦੇ ਚ ਉਹ ਆਪਣਾ ਪੀਆਰ ਪਾਥਵੇ ਕੋਈ ਨਾਲ ਕੋਈ ਲੱਭ ਕੇ ਪੱਕੇ ਹੋ ਸਕਦੇ ਨੇ ਤੁਹਾਡਾ ਟੈਲੀਫੋਨ ਨੰਬਰ ਕਿੰਨਾ ਜ डबल थ्री सेवन फाइव सात सो अठर नौ सो सतारी थैंक यू टू थैंक यू जी थैंक मेहरबानी